ਭਾਈ ਗੁਰਦਾਸ ਸਾਹਿਬ ਜੀ, ਸਤਿਗੁਰਾਂ ਦਾ ਜਿਹੜਾ ਸੰਸਾਰ ਦੇ ਉਧਾਰ ਵਾਸਤੇ ਵਿਚਰਨਾ ਹੈ ਉਹਨੂੰ ਸੰਕੋਚ ਕਰਕੇ ਬਹੁਤ ਇੱਕ ਪੌੜੀ ਵਿੱਚ ਹੀ ਬਿਆਨ ਕਰਕੇ ਦੱਸਦੇ ਹਨ। ਬਾਬੇ ਜਿੱਥੀ ਪ੍ਰਥਵੀ, ਸਤਿਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਨੇ ਨਵਾਂ ਖੰਡਾਂ ਨੂੰ, ਸੱਤਾਂ ਦੀਪਾਂ ਨੂੰ, ਸਾਰੀ ਪ੍ਰਿਥਵੀ ਨੂੰ ਵਿਚਰ ਕੇ ਦੇਖਣਾ ਕੀਤਾ। ਨਵਾਂ ਖੰਡ ਜਿੱਥਾ ਤੱਕ ਆਹੀ, ਨਵਾਂ ਖੰਡਾਂ ਜਿਵੇਂ ਪ੍ਰਕਾਸ਼ ਕੀਤਾ, ਮਹਾਰਾਜ ਜੀ ਨੇ ਉਪਦੇਸ਼ ਦਿੱਤਾ ਤੇ ਧਰਤੀ ਸਾਰੀ ਜਿੱਥੋਂ ਤੱਕ ਵਿਚਰਨ ਵਾਲੀ ਸੀ ਸਾਰੀ ਵੇਖਣਾ ਕੀਤੀ। ਫਿਰ ਜਾ ਚੜੇ ਸੁਮੇਰ ਪਰ, ਨਵਾਂ ਖੰਡਾਂ ਵਿੱਚ, ਸੱਤਾਂ ਦੀਪਾਂ ਵਿੱਚ ਮਹਾਰਾਜ ਅੰਮ੍ਰਿਤ ਨਾਮ ਦਾ ਪ੍ਰਚਾਰ ਕੀਤਾ। ਜਿੱਥੇ ਜਾਈਏ ਜਗਤ ਨੇ ਬਾਬੇ ਬਾਜ ਨਾ ਖਾਲੀ ਜਾਈ ਜਿਵੇਂ ਆਉਂਦਾ ਹੈ। ਸਤਿਗੁਰਾਂ ਤੋਂ ਬਿਨਾਂ ਐਸੀ ਜਗ੍ਹਾ ਕੋਈ ਨੀ ਜਿੱਥੇ ਗੁਰੂ ਸਾਹਿਬ ਦੇ ਚਰਨ ਨਾ ਪਾਏ ਹੋਣ। ਸਾਰਿਆਂ ਥਾਂ ਗੁਰੂ ਸਾਹਿਬ ਜੀ ਨੇ ਵਿਚਰਨਾ ਕੀਤਾ। ਹੋਰ ਇੰਨੇ ਅਵਤਾਰ, ਤੀਰਥ, ਕੰਬਰ, ਔਲੀਏ ਹੋ ਚੁੱਕੇ ਹਨ ਜਿਨ੍ਹਾਂ ਸਤਿਗੁਰੂ ਨਾਨਕ ਦੇਵ ਜੀ ਨੇ ਸਫ਼ਰ ਕਰਕੇ ਜੀਆਂ ਨੂੰ ਜੀ ਦਾਨ ਬਖਸ਼ਿਆ ਹੈ। ਇੰਨਾ ਕੋਈ ਅਵਤਾਰ, ਪੀਰ, ਪੈਗੰਬਰ ਨਹੀਂ ਵਿਚਰਿਆ। ਇਹ ਸਾਰਿਆਂ ਨੂੰ ਮੰਨਣਾ ਪੈਂਦਾ ਹੈ ਕਿ ਜੇ ਗੁਰੂ ਮਹਾਰਾਜ ਸਾਹਿਬ ਜੀ ਜਪਾਨ ਚ ਗਏ ਹੈ ਤਾਂ ਉੱਥੇ ਆਪਦੇ ਚਰਨਾਂ ਨੂੰ ਛੋਹ ਕੇ ਮੱਛੀਆਂ ਪਰੀਆਂ ਬਣ ਕੇ ਕਹਿੰਦੇ ਹਨ ਜਪਾਨੀਆਂ ਉੱਡ ਗਈਆਂ। ਇਸੇ ਪ੍ਰਕਾਰ ਜੇ ਰੂਹ ਚ ਗਏ ਹੈ ਤੇ ਉਹਨਾਂ ਨੂੰ ਮਹਾਰਾਜ ਸਾਹਿਬ ਦੇ ਨਾਮ ਦਾ ਸੱਚੇ ਪਾਤਸ਼ਾਹ ਜੀ ਨੇ ਦਾਨ ਦਿੱਤਾ। ਇਸੇ ਪ੍ਰਕਾਰ ਜੇ ਵਲੈਤ ਚ ਗਏ ਨੇ ਉੱਥੇ ਗੁਰੂ ਸਾਹਿਬ ਦੀ ਯਾਦਗਾਰ ਗੁਰਦੁਆਰਾ ਸਾਹਿਬ ਸੰਤ ਅਤਰ ਸਿੰਘ ਜੀ ਨੇ ਬਣਵਾਇਆ ਹੈ। ਇਸੇ ਪ੍ਰਕਾਰ ਜਿੱਥੇ ਵੀ ਗੁਰੂ ਮਹਾਰਾਜ ਸਾਹਿਬ ਗਏ ਹਨ ਸਾਰਿਆਂ ਥਾਵਾਂ 'ਚ ਗੁਰੂ ਮਹਾਰਾਜ ਸਾਹਿਬ ਜੀ ਦੇ ਅਸਥਾਨ ਬਣੇ ਹੋਏ ਹਨ। ਚਾਹੇ ਗੁਪਤ ਹੈ, ਕਈਆਂ ਥਾਵਾਂ 'ਚ ਪ੍ਰਗਟ ਹੈ।